ਪੰਜਾਬ 'ਚ ਅਕਾਲੀ ਭਾਜਪਾ ਸਰਕਾਰ ਵੱਲੋਂ ਲਗਾਏ ਗਏ 3 ਪਾਵਰ ਪਲਾਂਟਾਂ ਨਾਲ ਜਿੱਥੇ ਭਿਆਨਕ ਬਿਮਾਰੀਆਂ ਹੋ ਰਹੀਆਂ ਹਨ, ਉੱਥੇ ਮਹਿੰਗੀ ਬਿਜਲੀ ਦੇ ਨਾਲ ਲੋਕਾਂ ਨੂੰ ਕਰੰਟ ਦੇ ਰਹੇ ਹਨ। ਇਸ ਨਾਲ ਇਲਾਕੇ 'ਚ ਕਿਸਾਨਾਂ ਦੀਆਂ ਫਸਲਾਂ ਅਤੇ ਪਸ਼ੂਆਂ ਦਾ ਵਧੇਰੇ ਨੁਕਸਾਨ ਹੋ ਰਿਹਾ ਹੈ। ਉਹਨਾਂ ਕਿਹਾ ਕਿ ਨੈਸ਼ਨਲ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਆਏ ਸੁਨੇਹੇ ਰਾਹੀਂ ਹੁਣ ਜਨਤਾ ਦੇ ਸਹਿਯੋਗ ਨਾਲ ਇਹਨਾਂ 'ਤੇ ਨਕੇਲ ਕਸੀ ਜਾ ਸਕਦੀ ਹੈ। ਇਹ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਪਿੰਡ ਬਨਾਵਾਲੀ ਵਿਖੇ ਲਗਾਏ ਗਏ ਥਰਮਲ ਪਲਾਂਟ ਦੇ ਧੂੰਏ ਅਤੇ ਡਿੱਗ ਰਹੀ ਰਾਖ ਨਾਲ ਹੋ ਰਹੇ ਲੋਕਾਂ ਦੇ ਨੁਕਸਾਨ ਦੀਆਂ ਸਮੱਸਿਆਵਾਂ ਸੁਣਨ ਲਈ ਪਿੰਡ ਰਾਏਪੁਰ ਵਿਖੇ ਪਹੁੰਚਣ 'ਤੇ ਕੀਤਾ। ਉਹਨਾਂ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਦਿੱਲੀ ਦੇ 300 ਕਿਲੋਮੀਟਰ ਦੇ ਦਾਇਰੇ ਅੰਦਰ ਜਿਹੜੇ ਥਰਮਲ ਪਲਾਂਟ ਗੈਸ ਅਤੇ ਰਾਖ ਛੱਡਦੇ ਹਨ, ਉਹਨਾਂ ਨੂੰ 31 ਦਸੰਬਰ 2019 ਤੱਕ ਸਵਾਹ ਅਤੇ ਰਾਖ ਦਾ ਇਲਾਜ ਨਾ ਕੀਤੇ ਜਾਣ 'ਤੇ ਸਾਰੇ ਬੰਦ ਹੋਣਗੇ। ਉਹਨਾਂ ਕਿਹਾ ਕਿ ਤੁਹਾਡੇ ਸਹਿਯੋਗ ਅਤੇ ਵਿਸ਼ਵਾਸ ਨਾਲ ਤਕੜੇ ਹੋ ਕੇ ਲੜ ਕੇ 25 ਸਾਲਾਂ ਦਾ ਕੋਹੜ ਛੁਡਾ ਦੇਵਾਂਗੇ। ਇਸ ਮੌਕੇ ਪਿੰਡ ਵਾਜਾਵਾਲਾ ਦੇ ਸਰਪੰਚ ਪੋਲੋਜੀਤ ਸਿੰਘ, ਰਾਏਪੁਰ ਦੇ ਸਰਪੰਚ ਕੁਲਵਿੰਦਰ ਸਿੰਘ ਕੋਨਾ, ਰਾਏਪੁਰ 2 ਦੇ ਸਰਪੰਚ ਗੁਰਵਿੰਦਰ ਸਿੰਘ ਪੰਮੀ ਨੇ ਜਿੱਥੇ ਮੁਸ਼ਕਲਾਂ ਤੋਂ ਜਾਣੂ ਕਰਵਾਇਆ, ਉੱਥੇ ਸਨੀਮਾਨ ਰਾਏਪੁਰ, ਗਗਨਦੀਪ ਰਾਏਪੁਰ ਤੋਂ ਇਲਾਵਾ ਵੱਖ ਵੱਖ ਬਿਮਾਰੀਆਂ ਨਾਲ ਪੀੜਿਤ ਲੋਕਾਂ ਨੇ ਮੰਗ ਕੀਤੀ ਥਰਮਲ 'ਚੋਂ ਨਿਕਲ ਰਹੀ ਰਾਖ ਨੂੰ ਬੰਦ ਕੀਤਾ ਜਾਵੇ। ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਪ੍ਰੇਮ ਮਿੱਤਲ, ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਵਿਕਰਮ ਮੋਫਰ, ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ, ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ, ਵਿਧਾਇਕ ਖੁਸ਼ਵਾਤ ਸਿੰਘ ਜਟਾਣਾ, ਤਲਵੰਡੀ ਸਾਬੋਂ ਆਦਿ ਹਾਜ਼ਰ ਸਨ। ਤੇ ਡਾਕਟਰ ਸਾਹਿਬ, ਬਹੁਤ ਸਾਰੇ ਇਹੋ ਜਿਹੇ ਮਰੀਜ਼ ਨੇ ਜਿਹੜੇ ਕੁਛ ਪ੍ਰਾਈਵੇਸੀ ਵੀ ਰੱਖ ਰਹੇ ਇਸ ਚੀਜ਼ ਨੂੰ, ਉਹ ਮਤਲਬ ਦੱਸ ਸਾਹਮਣੇ ਨਹੀਂ ਆ ਰਹੇ ਵੀ ਸਾਨੂੰ ਇਹ ਪ੍ਰੋਬਲਮ ਆ ਰਹੀ ਹੈ। ਤੇ ਕਈ ਇਹੋ ਜਿਹੇ ਜਿਹੜੇ ਮਤਲਬ ਬੋਲਣ ਦੀ ਹਿੰਮਤ ਨਹੀਂ ਰੱਖਦੇ। ਆਹ ਮੁੰਡਾ ਇਹਦੇ ਦੇ ਮਤਲਬ ਫਾਦਰ ਸਾਹਿਬ ਨੂੰ ਕੈਂਸਰ ਨਾਲ ਡੈਥ ਹੋ ਚੁੱਕੀ ਹੈ ਨਾ ਜੀ, ਥੋੜ੍ਹਾ ਟਾਈਮ ਪਹਿਲਾਂ। ਬਹੁਤ ਲੋਕ ਮਤਲਬ ਖਾਰਿਸ਼ ਜਿਹੜੀ ਖਾਰਿਸ਼ ਹੋ ਰਹੀ ਹੈ, ਤੇ ਜਿਹੜਾ ਆਪਣਾ ਇੱਕ ਸਾਹ ਦੀ ਬਿਮਾਰੀ ਬਹੁਤ ਜ਼ਿਆਦਾ ਹੋ ਰਹੀ ਹੈ ਸਾਡੇ ਇੱਥੇ। ਇੱਕ ਜਿਹੜਾ ਕੋਈ ਵੀ ਸਹੂਲਤਾਂ ਇਹਦੀਆਂ ਸੀਗੀਆਂ, ਜਿਵੇਂ ਕੋਈ ਦਿੱਤੀ ਗਈ, ਜਿਵੇਂ ਕਿਹਾ ਸੀ ਕਿ 12 ਜਿਹੜੇ ਹਸਪਤਾਲ ਆਸ ਪਾਸ ਬਣਾਉਣੇ ਆ, ਥਰਮਲ ਦੀ ਉਹ ਸੀਗੀ ਰਿਸਪੋਂਸੀਬਿਲਟੀ ਸੀ, ਉਹ ਕੋਈ ਪੂਰਾ ਨਹੀਂ ਕੀਤਾ ਗਿਆ। ਬਾਕੀ ਜਿਹੜਾ ਇਹਦੇ ਵਿੱਚ ਜਿਹੜਾ ਗੰਦਾ ਪਾਣੀ ਆ, ਦੂਸ਼ਿਤ ਪਾਣੀ ਹੈ, ਉਹ ਧਰਤੀ ਦੇ ਵਿੱਚ ਮਿਲਾ ਕੇ ਸਾਡੇ ਪਾਣੀ ਨੂੰ ਪ੍ਰਦੂਸ਼ਿਤ ਕੀਤਾ ਜਾ ਰਿਹਾ। ਅਤੇ ਇਹ ਸਭ ਤੋਂ ਦੱਸਣਗੇ ਇਹਨਾਂ ਦੇ ਫਾਦਰ ਸਾਹਿਬ ਦੀ ਥੋੜ੍ਹਾ ਪਹਿਲਾਂ ਡੈਥ ਹੋਈ ਹੈ, 7 ਮਹੀਨੇ ਹੋ ਗਏ ਜੀ। ਨਾਂ ਦੱਸੋ ਕੀ ਨਾਮ? ਸੁਖਪਾਲ ਸਿੰਘ ਜੀ, ਪਿੰਡ ਰਾਪੁਰ। 7 ਮਹੀਨੇ ਹੋ ਗਏ ਮਰੇ ਨੂੰ, ਕੈਂਸਰ ਦੇ ਕਾਰਨ 6-7 ਲੱਖ ਰੁਪਇਆ ਜੀ, ਕੋਈ ਇਲਾਜ ਨਹੀਂ ਬਣਿਆ ਜੀ। ਉਹਨਾਂ ਨਾਲ ਅਸੀਂ ਇੱਥੇ ਕੋਈ ਪਰਿਵਾਰ ਦੇ ਮੈਂਬਰ ਨਾਲ ਸੰਪਰਕ ਨਹੀਂ ਹੋ ਸਕਿਆ, ਬਾਕੀ ਇੱਥੇ ਸਰਚ ਕਰਦੇ ਹਾਂ, ਅਸੀਂ ਹੋਰ ਵੀ ਦੇਖ ਰਹੇ ਨਿਗਾਹ ਮਾਰ ਕੇ। ਪਰਮ ਤੇ ਸਤਿਕਾਰਯੋਗ ਮੰਚ ਤੇ ਬਿਰਾਜਮਾਨ ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਜੀ, ਅਜੀਤ ਇੰਦਰ ਸਿੰਘ ਜੀ ਮੋਫਰ ਸਾਹਿਬ, ਸਾਡੇ ਤਲਵੰਡੀ ਸਾਬੋ ਤੋਂ ਚੋਣ ਲੜ ਚੁੱਕੇ ਖੁਸ਼ਵਾਹ ਜਟਾਣਾ ਜੀ, ਮੇਰੀ ਬੇਨਤੀ ਹੈ, ਮੇਰਾ ਨਾਮ ਤਾਂ ਗਗਨਦੀਪ ਸਿੰਘ, ਪਿੰਡ ਰਾਏਪੁਰ ਹੈ, ਵੀ ਮੇਰੀ ਬੇਨਤੀ ਇਹ ਹੈ ਵੀ ਅਕਾਲੀ ਦਲ ਦੀ ਸਰਕਾਰ ਨੇ, ਸਰਦਾਰ ਸੁਖਬੀਰ ਸਿੰਘ ਬਾਦਲ ਨੇ, ਪ੍ਰਕਾਸ਼ ਸਿੰਘ ਬਾਦਲ ਨੇ ਜਿਹੜਾ ਐਗਰੀਮੈਂਟ ਕੀਤਾ ਸੀ ਇਹਨਾਂ ਕੰਪਨੀਆਂ ਦੇ ਨਾਲ, 2500 ਕਰੋੜ ਰੁਪਇਆ ਸਾਲ ਦਾ ਦੇਣ ਦਾ ਔਰ 25 ਸਾਲਾਂ ਦਾ ਐਗਰੀਮੈਂਟ ਹੋਇਆ, 70,000 ਕਰੋੜ ਰੁਪਇਆ, ਚਾਹੇ ਇਹ ਝੁੰਡ ਇੱਕ ਵੀ ਬਿਜਲੀ ਦੀ ਤਿਆਰ ਕਰਨ ਚਾਹੇ ਨਾ ਤਿਆਰ ਕਰਨ, ਉਹ ਪੰਜਾਬ ਦੇ ਖਜ਼ਾਨੇ 'ਚੋਂ ਸਾਡੇ ਲੋਕਾਂ 'ਤੇ ਬੋਝ ਪੈਣਾ ਹੀ ਪੈਣਾ, ਉਹ ਐਗਰੀਮੈਂਟ ਰੱਦ ਕੀਤਾ ਜਾਵੇ। ਸਾਡੇ 'ਤੇ ਕਹਿੰਦੇ ਸੀ ਵੀ ਜ਼ਮੀਨ ਜੀ ਮਾੜੀ ਸੀ, ਟਿੱਬੇ ਹੈ, ਭੁੰਦੜ ਸਾਹਿਬ ਵੀ ਕਹਿੰਦੇ ਹੈ, ਬਾਦਲ ਸਾਹਿਬ ਵੀ ਕਹਿੰਦੇ ਹੈ, ਵੱਖ ਵੱਖ ਪਾਰਟੀਆਂ ਦੇ ਲੀਡਰ ਆ ਕੇ ਕਹਿੰਦੇ ਤੁਹਾਡੀ ਜ਼ਮੀਨ ਦਾ ਮੁੱਲ ਪੈ ਗਿਆ। ਮੈਂ ਕਹਿੰਦਾ ਕਿਸੇ ਦੀ ਮਾਂ ਗੂੰਗੀ ਹੋਵੇ, ਕਮਲੀ ਹੋਵੇ, ਅੰਨੀ ਹੋਵੇ, ਪਰ ਉਹ ਮਾਂ ਮਾਂ ਹੀ ਹੁੰਦੀ ਹੈ, ਤੇ ਜ਼ਮੀਨ ਜੱਟ ਦੀ ਮਾਂ ਹੁੰਦੀ ਹੈ, ਮਾਂ ਦਾ ਮੁੱਲ ਕੋਈ ਸਰਕਾਰ ਮੋੜ ਨਹੀਂ ਸਕਦੀ, ਉਹ ਸਾਡੀ ਮਾਂ ਸੀ। ਸਾਨੂੰ ਅੱਜ
ਮਤਲਬ ਕਿ ਬਿਮਾਰੀਆਂ ਦੇ ਜਿਵੇਂ ਮੈਥੋਂ ਮੇਰਾ ਪਹਿਲਾ ਛੋਟਾ ਵੀਰ ਬੋਲ ਕੇ ਗਿਆ ਸਾਡਾ ਗਵਾਂਢੀ ਹੈ, ਮੇਰੇ ਵੀ ਪਿਤਾ ਦੀ ਡੈਥ ਹੋਈ ਆ ਬੱਚੇ 15 ਦਿਨ ਹੀ ਹੋਏ ਭੋਗ ਪਏ ਨੂੰ, ਆ ਡੈਥ ਹੋਈ ਨੂੰ 15 ਦਿਨ ਹੋਇਆ ਕੈਂਸਰ ਨਾਲ, ਮੇਰਾ ਬਾਪ ਮਰਿਆ, ਆ ਮੇਰੇ ਪਿੰਡ ਦੇ ਲੋਕ ਖੜੇ ਆ, ਕੋਈ ਬੰਦਾ ਹੱਥ ਖੜਾ ਕਹਿ ਕਹਿੰਦੇ ਮੇਰਾ ਪਿਓ 1 ਰੁਪਏ ਦਾ ਨਸ਼ਾ ਕਰਦਾ ਸੀ, ਮੇਰੀ ਜਿਹੜਾ ਸਾਰਾ ਕੰਮ ਸੀ ਮੇਰੇ ਪਿਓ ਤੇ ਸੀ, ਅੱਜ ਉਹਦੀ ਕਮਾਈ ਮੈਂ ਖਾਂਦਾ ਸੀ, ਮੇਰੀ ਕਮਾਈ ਤਾਂ ਹੁਣ ਤੋਂ ਬਾਅਦ ਸਟਾਰਟ ਹੋਣੀ ਹੈ। ਬਿਮਾਰੀਆਂ ਦੇਤੀਆਂ ਸਾਨੂੰ, ਪੈਸਾ ਚਾਹੇ ਮਿਲਿਆ ਲੋਕਾਂ ਨੂੰ ਪੈਸੇ ਦਾ ਰੁੜ ਕੇ, ਜ਼ਮੀਨ ਦਾ ਮੁੱਲ ਜਿਹੜਾ ਸਾਡੇ ਤੇ ਬੰਬ ਬੰਨਿਆ ਗਿਆ, ਬੰਬ ਹੈ ਇੱਕ ਤਰ੍ਹਾਂ ਦਾ, ਜਦੋਂ ਫੜ ਜੇ ਤਾਂ ਮਰਾਂਗੇ ਅਸੀਂ, ਬਿਨਾਂ ਬੰਬ ਤੋਂ ਡਰਨਾ ਹੀ ਮਰ ਰਹੇ ਨੇ ਲੋਕ। ਸੋ ਪਹਿਲਾਂ ਤਾਂ ਪੰਜਾਬ ਸਰਕਾਰ, ਕੈਪਟਨ ਸਾਹਿਬ, ਤੁਸੀਂ ਪ੍ਰਧਾਨ ਸਾਹਿਬ, ਜਿਹੜਾ 25 ਸਾਲਾਂ ਦਾ ਐਗਰੀਮੈਂਟ ਹੋਇਆ ਉਹ ਖਤਮ ਕੀਤਾ ਜਾਵੇ। ਜਿਹੜੀਆਂ ਜੇ ਗੁਜਰਾਤ ਤੋਂ ਬਿਜਲੀ ਲੈਂਦੀ ਹੈ ਪੰਜਾਬ ਸਰਕਾਰ, ਉਹ 2 ਰੁਪਏ ਯੂਨਿਟ ਲੈ ਰਹੀ ਹੈ, ਤੇ ਇਹਨਾਂ ਤੋਂ 6-7 ਰੁਪਏ ਖਰੀਦ ਕੇ ਸਾਨੂੰ 9-10 ਰੁਪਏ ਯੂਨਿਟ ਮਿਲ ਰਹੀ ਹੈ, ਅਸੀਂ ਕਿੰਨਾ ਹਰਜ਼ਾਨਾ ਭਰ ਰਹੇ ਹਾਂ। ਆਮ ਜਿਹਦੇ ਬਲਬ ਚੱਲਦਾ, ਕੋਈ ਬਿਜਲੀ ਦਾ, ਮੇਰੇ ਘਰੇ ਏਸੀ ਨਹੀਂ, 4000 ਮੈਨੂੰ ਬਿੱਲ ਆਉਂਦਾ, ਕੋਈ ਕਹੇ ਵੀ ਮੇਰੇ ਮੋਟਰ ਹੈ, ਘਰੇ ਕੋਈ ਸਹੂਲਤ ਨਹੀਂ, ਕੋਈ ਮੈਂ ਕਦੇ ਟੈਲੀਵਿਜ਼ਨ ਨਹੀਂ ਲਾਇਆ, ਟੈਲੀਵਿਜ਼ਨ 2-3 ਸਾਲਾਂ ਦਾ ਬੰਦ ਹੀ ਪਿਆ ਉਹ, ਮਤਲਬ ਕਿ ਸਿਰਫ ਇੱਕ ਟੋਕੇ ਵਾਲੀ ਮੋਟਰ ਤੇ ਟੋਕਾ ਕਰਦਾ 2 ਭਰੀਆਂ, ਤੇ 4000 ਮੈਨੂੰ ਆਉਂਦਾ। ਤੇ ਜਿਹੜੇ ਬੰਦੇ, ਮੈਂ ਫਿਰ ਜੇ ਬੋਲਦਾ ਸੱਚ ਬੋਲਦਾ ਤਾਂ ਫਿਰ ਉਹਨਾਂ ਨੂੰ ਡਰ ਲੱਗਦਾ ਔਰ ਮੈਨੂੰ ਡਰਾਉਂਦੇ ਨੇ, ਬੰਦੇ ਮੀਟਰ ਸਲੋ ਕਰਾਈ ਬੈਠੇ, ਜਿਹੜੇ ਬੰਦੇ ਮਾੜੀ ਮੋਟੀ ਰਾਜਸੀ ਪਹੁੰਚ ਰੱਖਦਾ ਉਹਨਾਂ ਦੇ ਮੀਟਰ ਸਲੋ ਨੇ, ਮੇਰੇ ਵਰਗਿਆਂ ਨੂੰ 4000 ਬਿੱਲ, ਉਹਨਾਂ ਨੂੰ 400 ਕਢਾ ਕੇ ਦੇਖ ਲਓ। ਇਸ ਥਰਮਲ ਦਾ ਐਗਰੀਮੈਂਟ ਰੱਦ ਕਰੋ ਤੇ ਸਾਨੂੰ ਬਿਜਲੀ ਹੈ ਜਿਹੜੀ, ਸਾਡੇ ਜਿੰਨੇ ਪਿੰਡਾਂ ਦੀ ਜ਼ਮੀਨ ਆਈ ਹੈ, ਸਾਨੂੰ ਬਾਦਲ ਸਾਹਿਬ ਕਹਿ ਕੇ ਗਏ ਸੀ ਤੁਹਾਨੂੰ ਵੱਖਰੀਆਂ ਸਹੂਲਤਾਂ ਦੇਵਾਂਗੇ, ਆਹ ਪਿੰਡ ਵਾਲੇ ਖੜੇ ਹੋਣਗੇ ਜਿੱਥੇ, ਮਤਲਬ ਕਿ ਜਿੱਥੇ ਇਹਦਾ ਉਦਘਾਟਨੀ ਸਮਾਰੋਹ ਹੁੰਦਾ ਥਰਮਲ ਦਾ, ਬਾਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਔਰ ਢੀਂਡਸਾ, ਗੋਬਿੰਦ ਕਾਂਝਲਾ, ਬਲਵਿੰਦਰ ਸਿੰਘ ਭੂੰਦੜ, ਇਹ ਬੋਲ ਕੇ ਗਏ ਸੀ ਤੁਹਾਨੂੰ ਲੋਕੋ ਵੱਖਰੀਆਂ ਸਹੂਲਤਾਂ ਮਿਲਣਗੀਆਂ। ਸਾਨੂੰ ਤਾਂ ਇਕੱਲੀ ਰਾਖ ਡਿੱਗ ਰਹੀ ਹੈ, ਸਾਡੇ ਤੇ ਕਿਹੜੀਆਂ ਵੱਖਰੀਆਂ ਸਹੂਲਤਾਂ, ਦੱਸੋ ਕੀ ਦਿੱਤਾ, ਕੁਛ ਵੀ ਨਹੀਂ। ਸੋ ਪਹਿਲਾਂ ਪੰਜਾਬ ਸਰਕਾਰ ਐਗਰੀਮੈਂਟ ਰੱਦ ਕਰੇ, ਫਿਰ ਸਾਨੂੰ ਸਹੂਲਤਾਂ ਦੇਵੇ। ਸੋ ਮੇਰੀ ਬੇਨਤੀ ਪ੍ਰਵਾਨ ਕਰਨੀ, ਜੇ ਮੇਰੀ ਚੰਮ ਦੀ ਜ਼ਬਾਨ ਕੋਈ ਉੱਚਾ ਨੀਵਾਂ ਸ਼ਬਦ ਬੋਲ ਗਈ ਹੋਵੇ ਤਾਂ ਮਾਫ਼ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈਲੋ ਜਾਖੜ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਭੱਠ ਪਿਆ ਸੁਣਨਾ ਜਿਹੜਾ ਕੰਨਾਂ ਨੂੰ ਖਾਵੇ, ਸਾਡੇ ਏਰੀਏ ਦੇ ਵਿੱਚ ਜਿਹੜਾ ਥਰਮਲ ਪਲਾਂਟ ਲੱਗਿਆ, ਮੈਂ ਇੱਥੋਂ 10 ਕਿਲੋਮੀਟਰ ਪਿੰਡ ਮੇਰਾ ਗੇਲੇ ਹੈ, ਮੈਂ ਸਮਝਦਾ ਵੀ ਇਸ ਦੇ ਸਾਈਡ ਇਫੈਕਟ ਨੇ ਜਿਹੜਾ ਇਸਦਾ ਥਰਮਲ ਦਾ ਪੋਲਿਊਸ਼ਨ ਹੈ। ਮੈਂ ਸੋਚਦਾ ਵੀ ਰਾਪੁਰ ਜਾਂ ਬਣਾਲੀ ਜਾਂ ਨੇੜੇ ਦੇ ਪਿੰਡ ਨੇ, ਜੇ ਸਾਡੇ ਤੇ ਇੰਨਾ ਸਾਈਡ ਇਫੈਕਟ ਹੈ ਤਾਂ ਇਹਨਾਂ ਪਿੰਡਾਂ ਦਾ ਕੀ ਬਣਦਾ ਹੋਊਗਾ। ਮੈਂ ਲੱਗਦਾ ਹੈਗਾ ਵੀ ਪੰਜਾਬ ਦੇ ਵਿੱਚ ਜਦੋਂ ਆਪਾਂ ਜੀਰੀ ਦਾ ਨਾੜ ਫੂਕਦੇ ਹਾਂ ਉਦੋਂ ਪੋਲਿਊਸ਼ਨ ਪੈਦਾ ਹੁੰਦਾ ਸਾਰੇ ਪੰਜਾਬ ਦੇ ਵਿੱਚ, ਉਹਨਾਂ ਪੋਲਿਊਸ਼ਨ ਇੱਥੇ 12 ਮਹੀਨੇ 30 ਦਿਨ ਇਸ ਥਰਮਲ ਦਾ ਜਿਹੜਾ ਸਵੇਰੇ ਸ਼ਾਮ ਰਹਿੰਦਾ ਹੈਗਾ। ਇਸ ਲਈ ਮੈਂ ਨਹੀਂ ਸਮਝਦਾ ਵੀ ਸਾਨੂੰ ਨਵੇਂ ਯੁੱਗ ਦੇ ਵਿੱਚ ਜਦੋਂ ਅਸੀਂ ਪਹੁੰਚ ਚੁੱਕੇ ਹਾਂ, ਜਦੋਂ ਸਾਰੇ ਇੰਡੀਆ ਦੇ ਵਿੱਚੋਂ ਜ਼ਿਆਦਾ ਧੁੱਪ ਸਾਡੇ ਪੰਜਾਬ ਦੇ ਵਿੱਚ ਪੈਂਦੀ ਹੈ, ਤੇ ਉੱਥੇ ਕੁਦਰਤੀ ਬਿਜਲੀ ਜਿਹੜੀ ਆਮ ਪੈਦਾ ਕੀਤੀ ਜਾ ਸਕਦੀ ਹੈ ਸੋਲਰ ਪਲੇਟਸ ਦੇ ਨਾਲ, ਜਿੱਥੇ ਸਾਡੇ ਨਦੀਆਂ ਵਗਦੀਆਂ, ਪੰਜਾਬ ਦਾ ਧਰਤੀ ਜਿਹੜੀ ਪਾਣੀਆਂ ਦੀ ਧਰਤੀ ਹੈ, ਪਾਣੀ ਦੇ ਨਾਲ ਮੁਫ਼ਤ ਜਿਹੜੀ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ। ਉਸ ਸਮੇਂ ਦੇ ਵਿੱਚ ਪੁਰਾਣੇ ਯੁੱਗ ਦੀ ਗੱਲ ਕਰਨੀ, ਕਈ ਸਾਲ ਪੁਰਾਣੀ ਤਕਨੀਕ ਦੀ ਗੱਲ ਕਰਨੀ, ਉਸ ਤਰੀਕੇ ਨਾਲ ਬਿਜਲੀ ਪੈਦਾ ਕਰਨੀ ਕੋਲੇ ਦੇ ਨਾਲ, ਪੋਲਿਊਸ਼ਨ ਸਾਡੇ ਤੇ ਅੱਜ ਵਰਲਡ ਦੇ ਵਿੱਚ ਜਿਹੜੀ ਇਹ ਪ੍ਰੋਬਲਮ ਹੈ ਉਸ ਨੂੰ ਅਸੀਂ ਆਪਦੇ ਘਰ ਸੱਦ ਲਿਆ ਹੈਗਾ, ਭਾਵੇਂ ਕਿਸੇ ਪਿਛਲੀ ਸਰਕਾਰ ਦੇ ਵਿੱਚ ਸੱਦਿਆ ਗਿਆ ਇਹ,
ਉਹ ਮੈਂ ਸਮਝਦਾ ਵੀ ਹੁਣ ਸਮੇਂ ਦੇ ਹਾਣ ਦੀ ਗੱਲ ਨਹੀਂ ਹੈਗੀ। ਇਸ ਤਕਨੀਕ ਨੂੰ ਜਾਂ ਇਸ ਥਰਮਲ ਨੂੰ ਬਦਲ ਕੇ ਬੰਦ ਕਰਕੇ ਨਵੀਂ ਜਿਹੜੀ ਬਿਨਾਂ ਪਲਿਊਟ ਅਸੀਂ ਬਿਜਲੀ ਪੈਦਾ ਕਰ ਸਕਦੇ ਹਾਂ ਉਹ ਸਾਧਨ ਅਪਣਾਏ ਜਾਣ, ਤੇ ਜੇ ਨੌਨ ਫੀ ਬਿਜਲੀ ਲੈਣੀ ਹੈ ਤਾਂ ਬੰਦ ਕਰਕੇ ਅਸੀਂ ਕਿਤੋਂ ਵੀ ਖਰੀਦ ਸਕਦੇ ਹਾਂ, ਤੇ ਜ਼ਰੂਰੀ ਹੈ ਵੀ ਸਾਡਾ ਕੋਡ ਜਿਹੜਾ ਸਾਡੇ ਸਿਰ ਮੜਿਆ ਜਾਵੇ ਤੇ ਅਸੀਂ ਇਹੀ ਥਰਮਲ ਤੋਂ ਬਿਜਲੀ ਲਈਏ। ਸਾਨੂੰ ਲੋੜ ਹੀ ਨਹੀਂ ਅਸੀਂ ਕਿਉਂ ਸਾਈਡ ਇਫੈਕਟ ਝੱਲੀਏ, ਜਦੋਂ ਮੁੱਲ ਦੀ ਚੀਜ਼ ਲੈਣੀ ਹੈ ਤਾਂ ਜਿੱਥੋਂ ਮਰਜ਼ੀ ਲੈ ਲਿਆ ਜਾਵੇ, ਸਾਡੇ ਤੇ ਕੋਡ ਹੈ ਜਿਹੜਾ ਇਹ ਬੰਦ ਕਰ ਦਿੱਤਾ ਜਾਵੇ। ਇੰਨੇ ਸ਼ਬਦਾਂ ਨਾਲ ਧੰਨਵਾਦ ਜਪਤ ਸਾਹਿਬ, ਮਿਹਰਬਾਨੀ। ਮੇਰਾ ਪਿੰਡ ਟਾਂਡੀਆਂ ਜੀ, ਹਾਂ ਗੁਰਸੰਗਤ ਸਿੰਘ, ਤੇ ਜਿਹੜੇ ਸਾਡੇ ਵੀ ਮੰਨ ਲਓ ਪ੍ਰਦੂਸ਼ਣ ਦੀ ਸਮੱਸਿਆ ਇਸ ਥਰਮਲ ਦੀ ਰਾਤ ਹੈ ਜਿਹੜੀ ਦਿਨ ਰਾਤ ਡਿੱਗਦੀ ਰਹਿੰਦੀ ਹੈ, ਉਸਦੇ ਸੰਬੰਧ ਵਿੱਚ ਮੈਂ ਵੀ ਸਾਡੇ ਪਿੰਡ ਟਾਂਡੀਆਂ ਵੱਲੋਂ ਵੀ ਦਰਖਾਸਤ ਬੇਨਤੀ ਕਰਦਾ ਜਾਖੜ ਸਾਹਿਬ ਨੂੰ ਕਿ ਸਾਡੇ ਵੀ ਪਿੰਡ ਵੱਲ ਸਮੱਸਿਆ ਦਾ ਧਿਆਨ ਦਿੱਤਾ ਜਾਵੇ। ਅਤੇ ਦੂਜੀ ਮੇਰੀ ਜਿਹੜੀ ਸਮੱਸਿਆ ਹੈਗੀ ਉਹ ਗੜੇਮਾਰੀ ਹੋਈ ਸੀ ਪਿਛਲੇ ਨਰਮੇ 'ਤੇ, ਉਹਦਾ ਸਾਨੂੰ ਹਜੇ ਤੱਕ ਮੁਆਵਜ਼ਾ ਨਹੀਂ ਮਿਲਿਆ, ਤਲਵੰਡੀ ਸਾਬੋ ਹਲਕੇ ਦੇ ਵਿੱਚ ਮਿਲ ਚੁੱਕਿਆ, ਇਹ ਸਮੱਸਿਆ ਵੀ ਨੋਟ ਕੀਤੀ ਜਾਵੇ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਪ੍ਰਧਾਨ ਜੀ, ਤੁਹਾਡਾ ਜੀ ਆਇਆਂ ਕਹਿੰਦੇ ਜੀ, ਅਸੀਂ ਜੀ ਮੈਨੂੰ 5 ਸਾਲ ਹੋ ਗਏ ਮੈਂ ਸਮੇਂ ਨਾ ਇੱਥੇ, ਮੈਨੂੰ ਮੇਰਾ ਬੱਚਾ ਨਿਆਣਾ ਸੀ ਚੱਕ ਕੇ ਮਾਨਸਾ ਲੱਗਿਆ, ਉਹ ਕਹਿੰਦੇ ਸਟੈਂਡ ਪਊਗਾ, ਉਹਨਾਂ ਨੇ 2 ਲੱਖ ਦਾ ਸਟੈਂਡ ਪਾਤਾ, ਨਾ ਕੋਈ ਫਾਇਦਾ ਹੋਇਆ ਹਜੇ ਤੱਕ ਜੀ, ਨਾ ਕੋਈ ਹੋਰ ਰੋਜ਼ ਮਾਰ ਕੇ ਜਾ ਕੇ ਬੈੱਡ 'ਤੇ ਦੇਖੋ, ਮੇਰੇ ਦਵਾਈਆਂ ਜਾਂਦੀਆਂ ਪਈਆਂ ਜੀ, ਜਾ ਕੇ ਮੇਰਾ ਬੁਰਾ ਹਾਲ ਆ ਜੀ, ਰਾਫਟ ਤੋਂ ਗੋਰਾ ਸਿੰਘ ਬੋਲ ਰਿਹਾ ਜੀ, ਤਾਂ ਇਹਨਾਂ ਦਾ ਕੋਈ ਹੱਲ ਕਰੋ ਜੀ, ਸਾਡੇ ਗ੍ਰੈਡ ਨੇ ਅਸੀਂ ਮਾਫ਼ ਤੇ ਸਾਹਮਣ ਨੇ, ਸਾਡਾ ਕੋਈ ਹੱਲ ਕਰੋ ਜੀ। ਜੱਗ ਸਾਹਿਬ, ਮੈਂ ਗੁਰਵਿੰਦਰ ਸਿੰਘ ਮੰਮੀ ਸਰਪੰਚ ਰਾਏਪੁਰ ਤੋਂ ਜੀ, ਇੱਕ ਗੱਲ ਮੈਂ ਤੁਹਾਨੂੰ ਹੋਰ ਧਿਆਨ 'ਚ ਲਿਆਉਣੀ ਚਾਹੁੰਦਾ, ਜਦੋਂ ਇਹ ਰਿਕੁਆਇਰਮੈਂਟ ਹੋਈ ਹੈ ਨਾ ਉਦੋਂ ਬਹੁਤ ਥੋੜ੍ਹੇ ਪੈਸੇ ਦਿੱਤੇ ਗਏ ਨੇ ਸਾਨੂੰ, ਨਾ ਤਾਂ ਇੱਥੇ ਸਾਨੂੰ ਥਰਮਲ ਦੇ ਵਿੱਚ ਕੋਈ ਇਹਨਾਂ ਨੇ ਨੌਕਰੀ ਕੁਛ ਵੀ ਨਹੀਂ ਦਿੱਤਾ ਹੈ, ਜੇ ਕਰਦੇ ਆ ਤਾਂ ਸਾਡੇ ਜਿੰਨੇ ਵੀ ਸਾਡੇ ਬੰਦੇ ਥਰਮਲ 'ਚ ਕੰਮ ਕਰਦੇ ਆ ਲੇਬਰ ਦੇ ਰੂਪ 'ਚ ਹੀ ਕਰਦੇ ਆ, ਉਹ ਲੇਬਰ ਦਾ ਕੰਮ ਲੈਤਾ ਜਾਂਦਾ ਉਹਨਾਂ ਤੋਂ, ਨਾ ਕਿ ਕਿਸੇ ਨੂੰ ਕੋਈ ਜਿਵੇਂ ਕੋਈ ਡਿਗਰੀ ਹੋਲਡਰ ਹੈ ਡਿਪਲੋਮਾ ਹੋਲਡਰ ਆ ਉਹਨੂੰ ਉਹਦੀ ਬਣ ਦੀ ਯੋਗਤਾ ਮੁਤਾਬਕ ਕੋਈ ਵੀ ਇੱਥੇ ਇਹਨਾਂ ਨੇ ਸਾਨੂੰ ਕੋਈ ਨੌਕਰੀ ਵਗੈਰਾ ਨਹੀਂ ਦਿੱਤੀ, ਇਹ ਵੀ ਸਾਡੇ ਨਾਲ ਇੱਕ ਧੋਖਾ ਹੋਇਆ ਹੈਗਾ, ਉਹ ਤੋਂ ਬਹੁਤ ਵੱਡੇ ਵੱਡੇ ਲਾਲਚ ਦਿੱਤੇ ਸੀ ਪਿਛਲੀ ਸਰਕਾਰ ਨੇ ਕਿ ਤੁਹਾਨੂੰ ਇਹ ਨੌਕਰੀਆਂ ਮਿਲਣਗੀਆਂ, ਸਾਰਾ ਕੁਛ ਕੁਛ ਵੀ ਨਹੀਂ ਸਰਕਾਰ, ਮਤਲਬ ਇਹਨਾਂ ਨੇ ਸਾਨੂੰ ਦਿੱਤਾ ਥਰਮਲ ਨੇ ਰਿਕੁਆਇਰਮੈਂਟ ਕਰੀ ਹੈ ਧੱਕੇ ਨਾਲ, ਉਦੋਂ ਵੀ ਐਜੀਟੇਸ਼ਨ ਹੋਏ ਸੀ, ਕਿਸਾਨ ਯੂਨੀਅਨ ਨਾਲ ਰਲ ਕੇ ਵੀ ਹੋਏ ਸੀ, ਸਾਡੇ ਬੰਦਿਆਂ ਦੇ 300 ਦੇ ਪਰਚੇ ਵੀ ਦਰਜ ਕੀਤੇ ਗਏ ਸੀ, ਉਹਨਾਂ ਨੂੰ ਦਵੰਦ ਬੁੱਲ ਕੇ ਫਿਰ ਇਹਨਾਂ ਨੇ ਰਿਕੁਆਇਰਮੈਂਟ ਕਰੀ ਸੀਗੀ, ਇਹ ਵੀ ਤੁਹਾਡੇ ਮੈਂ ਧਿਆਨ 'ਚ ਲਿਆਉਣਾ ਚਾਹੁੰਦਾ ਗੱਲ। ਬਣਾਵਾਲੀ ਜੋ ਕਿ ਮੇਰੇ ਪਿੰਡੇ ਪਲਾਂਟ ਲੱਗਿਆ, ਸਭ ਨਾਲ ਜ਼ਿਆਦਾ ਜ਼ਮੀਨ ਸਾਡੇ ਪਿੰਡ ਦੀ ਆਈ ਹੈ, 1400 acres ਕੁੱਲ ਜ਼ਮੀਨ ਸਾਡੇ ਪਿੰਡ ਦੀ ਆਈ ਹੈ, 2100 acres ਹੈ ਟੋਟਲ ਜ਼ਮੀਨ, ਜਿਹਦੇ ਵਿੱਚ ਸਾਡਾ ਐਡਾ ਨੁਕਸਾਨ ਹੈ, ਸਾਡੇ ਪਿੰਡ ਦਾ ਪਾਣੀ ਸਲੜਾ ਇੰਨਾ ਮਾੜਾ ਹੋ ਗਿਆ ਕਿ ਅਸੀਂ ਪੀ ਨਹੀਂ ਸਕਦੇ, ਆਰ ਓ ਸਾਡੇ ਪਿੰਡ ਬੰਦ ਪਏ ਨੇ, ਸਾਡੇ ਪਿੰਡ ਨੂੰ ਕੋਈ ਸਹੂਲਤ ਨਹੀਂ ਦਿੱਤੀ ਗਈ, ਕੋਈ ਸੀਵਰੇਜ ਸਿਸਟਮ ਨਹੀਂ ਦਿੱਤਾ ਗਿਆ, ਕੋਈ ਫ੍ਰੀ ਬਿਜਲੀ ਨਹੀਂ ਦਿੱਤੀ ਗਈ, ਜਿੰਨਾ ਨੁਕਸਾਨ ਸਾਡੇ ਪਿੰਡ ਦਾ ਹੋਇਆ ਬਣਾਲ ਦਾ ਉਹ ਸਾਨੂੰ ਪਤਾ, ਅਸੀਂ ਪੰਚਾਇਤ 2 ਵਾਰੀ ਚਲਾਈ ਹੈ ਵੀ ਕਿੰਨਾ ਭੋਗਦੇ ਹਾਂ, ਜੇਬਾਂ 'ਚੋਂ ਬਾਛਾਂ ਦੇ ਲੋਕਾਂ ਚੰਡੀਗੜ੍ਹ ਤੱਕ ਇਲਾਜ ਕਰਵਾ ਕੇ ਲਿਆਏ ਹਾਂ, ਆਪ ਘਰੋਂ ਵੀ ਲੰਘ ਹੋ ਗਏ ਮਦਦ ਕਰਦੇ ਲੋਕਾਂ ਦੀ, ਪਰ ਸਾਡੇ ਪਿੰਡ ਦੀ ਸੁਣੋ ਵੀਰੋ, ਹੱਥ ਬੰਨ ਕੇ ਬੇਨਤੀ ਹੈ ਤੁਹਾਨੂੰ ਮੰਤਰੀ ਸਾਹਿਬ ਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਮੇਰਾ ਨਾਮ ਜੀ ਗੁਰਪਾਲ ਸਿੰਘ ਹੈਗਾ, ਮੈਂ ਪਿੰਡ ਦਾ ਰਾਜਾ ਲਾਈਨ ਦਾ ਪਿੰਡ ਦਾ, ਅਤੇ ਮੈਂ ਇੱਥੇ ਨਗਰ 'ਚ ਕੰਮ ਕਰਦਾ, ਥੋੜ੍ਹਾ ਜਿਹਾ ਮੇਰੇ ਕੋਲ ਵਾਹਨ, ਮੈਂ ਉਹਦੇ ਵਾਹਨ 'ਚ ਕੰਮ ਕਰਦਾ ਸੀਗਾ, ਉੱਥੇ 3 ਸਾਲ ਹੋ ਗਏ ਜੀ, ਰਾਠ ਡਿੱਗੀ ਇਹਦੀ ਜੀ, ਅਤੇ ਉਹਦੇ ਨਾਲ ਪਤਾ ਨਹੀਂ ਮੇਰਾ ਕੀ ਸਾਹ ਘੁੱਟ ਗਿਆ, ਦੂਜੇ ਦਿਨ ਮੈਨੂੰ ਜੀ ਮੁੰਡੇ ਉੱਥੇ ਹਰਭਜਨ ਡਾਕਟਰ ਦੇ ਲੈ ਗਏ ਤਲਵੰਡੀ ਸਾਬੋ, ਉੱਥੇ ਜੀ ਉਹਨੇ ਦੱਸਿਆ ਕਹਿੰਦੇ ਵੀ ਹਾਰਟ ਦੀ ਸ਼ਿਕਾਇਤ ਹੈ ਜੀ, ਹਾਰਟ ਦੀ ਸ਼ਿਕਾਇਤ ਹੈ ਜੀ, ਮੇਰੀ 1000-1500 ਰੁਪਏ ਦਵਾਈ ਆਉਂਦੀ ਹੈ ਜੀ 10-15 ਦਿਨਾਂ ਦੀ, ਅਤੇ ਮੈਂ ਬਹੁਤ ਤਕਲੀਫ ਪੱਤੀ ਹਨ, ਹੁਣ ਜੇ ਮੈਂ ਨਗਰ 'ਚ ਕੰਮ ਕਰਦਾ ਜੀ ਫਿਰ ਵੀ ਮੈਂ ਆਉਂਦਾ ਉਹ ਕਰਦਾ ਗਾ, ਫਿਰ ਮੈਂ ਬਿਮਾਰ ਹੋਇਆ, ਪਲਾਂਟ ਵਾਲਿਆਂ ਨੂੰ ਕੋਈ ਦਵਾਈ ਦਵਾਈ ਮੇਰਾ ਕੋਈ ਇਲਾਜ ਨਹੀਂ ਕਰਿਆ ਜੀ, ਮੈਨੂੰ ਕੁਛ ਨਹੀਂ ਕਰੇਗਾ, ਚਲੋ ਇਹ ਤਾਂ ਇਹਨੂੰ ਬੰਦ ਹੋਣਾ ਚਾਹੀਦਾ, ਅਸੀਂ ਮਾਰ ਕੇ ਅਸੀਂ ਦੋਨੇ ਜੀ
ਘੋੜਿਆਂ ਵਰਗੇ ਸੀਗੇ, ਕੰਮ ਕਰਦੇ ਵਧੀਆ। ਮੈਂ ਗੁਰਸੇਵ ਸਿੰਘ ਦਾ ਨਾਂ ਹੈ ਅਤੇ ਥਰਮਲ ਵਾਲੇ ਮੈਂ ਬਹੁਤ ਦੁਖੀ ਹਾਂ। ਮੇਰਾ ਟਾਣੀ ਜੀ ਘਰ ਹੈ ਅਤੇ ਆਥਣੀ ਰੋਜ਼ ਸਾਹ ਨਹੀਂ ਆਉਂਦਾ, ਬਹੁਤ ਧੂੰਏ ਦਾ ਉਹ ਆਉਂਦਾ ਹੈ ਅਤੇ 2 ਸਾਲ ਹੋ ਗਏ ਸਾਡੀਆਂ ਫਸਲਾਂ ਵੀ ਮਰੀਆਂ। ਉਸ ਬੰਦਿਆਂ ਨੂੰ ਇਹਨਾਂ ਨੇ ਵਿੱਚੋਂ ਖਰੀਦ ਲਿਆ ਅਤੇ ਅਸੀਂ ਡੀ ਸੀ ਦੇ ਜਾ ਰਹੇ ਜਾ ਵੀ ਹੱਕ ਚੁੱਕੇ ਹਾਂ, ਸਾਡੀ ਕਿਸੇ ਨੇ ਕੋਈ ਸੁਣਵਾਈ ਨਹੀਂ ਕਰੀ ਅਤੇ ਅਸੀਂ ਬਹੁਤ ਦੁਖੀ ਹਾਂ ਇੱਥੋਂ ਅਤੇ ਕੁਛ ਵੀ ਨਹੀਂ ਸਾਡੇ ਹੱਲ ਨਹੀਂ ਹੋਇਆ। ਅਸੀਂ 2 ਸਾਲਾਂ ਜਿਹੜੀਆਂ ਸਾਡੀਆਂ ਫਸਲਾਂ ਬਰਬਾਦ ਹੋਈਆਂ ਉਹਦਾ ਮੁਆਵਜ਼ਾ ਐਸ ਡੀ ਐਮ ਨੇ ਪਾਇਆ ਜਿਹੜਾ ਉਹ ਦਿੱਤਾ ਜਾਵੇ ਅਤੇ 2 ਨੰਬਰ ਅਤੇ 5-4 ਨੂੰ ਹੁਣ ਦਿੱਤਾ ਇਹਨਾਂ ਨੇ ਅਤੇ ਕਿਸੇ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਅਤੇ ਡੀ ਸੀ ਕੋਲ ਅਸੀਂ ਘੱਟੋ ਘੱਟ 10-15 ਗੇੜੇ ਮਾਰ ਚੁੱਕੇ ਹਾਂ, ਅੱਜ ਹੱਲ ਕਰਦੇ ਹਾਂ ਸਵੇਰੇ ਕਰਦੇ ਹਾਂ, ਸਾਡੀ ਕਿਤੇ ਕੋਈ ਸੁਣਵਾਈ ਨਹੀਂ ਹੋਈ ਅਤੇ ਐਸ ਡੀ ਐਮ ਨੇ ਜਮ੍ਹਾਂ ਕਾਗਜ਼ਾਂ ਦੇ ਵਿੱਚ 15,700 ਰੁਪਇਆ ਮੁਆਵਜ਼ਾ ਪਾਇਆ ਹੋਇਆ 965 ਕਿੱਲਿਆਂ ਦਾ ਅਤੇ ਇਹਨਾਂ ਨੇ 15,000 ਪਾਇਆ ਜੀ ਅਤੇ ਇਹਨਾਂ ਨੇ ਕੋਈ ਵੀ ਨਹੀਂ ਦਿੱਤਾ। ਜਿਹੜੇ 5-4 ਬੰਦਿਆਂ ਨੂੰ ਖਰੀਦ ਲਿਆ ਇਹਨਾਂ ਨੇ ਉਹਨਾਂ ਨੂੰ ਦਿੱਤੇ ਹੈ ਅਤੇ 10 ਲੱਖ ਰੁਪਇਆ ਸਮਝੌਤਾ ਹੋਇਆ ਹੁਣ ਵੀ ਹੋਇਆ, ਸਾਰੇ ਪਿੰਡ ਨੂੰ ਪਤਾ, ਕਿਸੇ ਨੂੰ ਮਰਜ਼ੀ ਪੁੱਛੋ, ਸਰਪੰਚ ਸਾਹਿਬ ਨੂੰ ਪੁੱਛੋ, ਬਿਮਾਰੀਆਂ ਸਾਰਿਆਂ ਨੂੰ ਸਭ ਦੇ ਹਰੇਕ ਦੇ ਫੁਰਕ ਹੈ ਜੀ। ਮੈਂ ਸਰਪੰਚ ਪੋਦੋਜੀਤ ਸਿੰਘ ਬਾਜੇਵਾਲਾ, ਮੇਰਾ ਪਿੰਡ ਇੱਥੋਂ 3 ਕਿਲੋਮੀਟਰ ਦੀ ਹੈ ਥਰਮਲ ਤੋਂ। ਦੇਖੋ ਗੱਲਾਂ ਬਹੁਤ ਤੁਸੀਂ ਸੁਣਨਾ ਹੈ, ਬਹੁਤ ਬਹੁਤ ਧੰਨਵਾਦ ਤੁਹਾਡਾ, ਸਪੈਸ਼ਲੀ ਆਏ ਹੋ, ਪਰ ਸਾਡਾ ਮਾਜ਼ਮਿਆਂ ਨਾਲ ਨਹੀਂ ਗੱਲ ਬਣਨੀ। ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਬਚਾਉਣ ਖਾਤਰ ਸਾਡੇ ਘੱਟੋ ਘੱਟ 50 ਜਵਾਕ ਬਿਮਾਰ ਹੈ, ਜਿਹੜੇ ਛੋਟੇ ਬੱਚੇ ਹੈ ਉਹ ਜੀ ਜਿਹੜੀ ਰਾਖ ਹੈ ਉਹ ਨਹੀਂ ਝੱਲ ਸਕਦੇ ਜੀ, ਉਹਨਾਂ ਦੇ ਫੇਫੜੇ ਦਾ ਬਹੁਤ ਸਿਸਟਮ ਦਾ ਜਿਹੜਾ ਤਾਂ ਬਿਮਾਰੀ ਤੌਰ 'ਤੇ। ਸਾਡੀ ਬੇਨਤੀ ਇਹੀ ਹੈ ਕਿ ਇਹਦਾ ਪ੍ਰੋਪਰ ਹੱਲ ਕੋਈ ਇਹੋ ਜਿਹਾ ਲੱਭਿਆ ਜਾਵੇ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਬਚ ਸਕੇ। ਧੰਨਵਾਦ। ਦਵਾਈਆਂ ਬਹੁਤ ਖਾਲੀ ਆਰਾਮ ਨਹੀਂ ਕਿਤਵਾਇਆ, ਪਿਆਰ ਬੁੱਢਾ ਕੀ ਬੋਲੂੰਗੀ।
ਮੇਰਾ ਜਸਵੰਤ ਸਿੰਘ ਨਾਂ ਹੈ ਜੀ, 72 ਸਾਲ ਦਾ ਹੋ ਗਿਆ। ਮੈਂ ਤੁਹਾਡੇ ਪਿਤਾ ਜੀ ਨਾਲ ਵੀ ਰਿਹਾ ਰਹਿਣੇ 'ਚ। ਮੇਰੇ ਕੈਂਸਰ ਹੋ ਗਿਆ, ਮੇਰਾ 2.5 ਲੱਖ ਰੁਪਇਆ ਲੱਗ ਗਿਆ, 10 ਕਿੱਲੇ ਮੇਰੇ ਆਏ ਨੇ। ਮੈਂ ਨੂੰ ਨਾਲ ਲੈ ਕੇ ਜਾਂਦਾ ਰਿਹਾ ਅਤੇ ਉਹ ਫਰੀਦਕੋਟ ਭੌਂਕਦਾ ਰਿਹਾ ਜੀ, ਇਹਦੀ ਮਿਹਰਬਾਨੀ ਕਰਕੇ ਇਹਨੂੰ ਅੱਜ ਹੀ ਜਿੰਦਾ ਲਾ ਕੇ ਜਾਇਓ, ਫਿਰ ਕਹਾਂ ਪੈ। ਜਿਹੜਾ ਸਾਡਾ ਸੂਆ ਆਉਂਦਾ ਜੀ, ਉਹ ਥਰਮਲ ਵਾਲੇ ਸਾਰਾ ਪਾਣੀ ਰੋਕ ਲੈਂਦੇ ਆ ਜੀ, ਸਾਡਾ ਫਸਲਾਂ ਵੀ ਨਹੀਂ ਸਾਡੇ ਹੁੰਦੀਆਂ ਜੀ। ਅਤੇ ਇਹਦਾ ਪ੍ਰਬੰਧ ਕਰੋ ਜੀ, ਪਾਣੀ ਨਾ ਸਾਨੂੰ ਕੋਈ ਸਹੂਲਤਾਂ ਦਿੰਦੇ, ਇਹਨਾਂ ਕੋਲ ਜਾਂਦੇ ਆ, ਇਹਨਾਂ ਨੇ ਭਈਏ ਰੱਖ ਰੱਖਿਆ ਜੀ, ਇਹਨਾਂ ਨੂੰ ਕੱਢੋ ਪਹਿਲਾਂ ਤਾਂ ਜੀ ਇੱਥੋਂ। ਸਾਡੇ ਨੌਜਵਾਨ ਫਿਰਦੇ ਆ ਜੀ, ਇਹ ਭਈਏ ਸਾਡੇ 'ਤੇ ਰੋਹ ਮਾਰਦੇ ਆ ਜੀ, ਅਤੇ ਪਾਣੀ ਦਾ ਸਾਡਾ ਲੱਗਦੇ ਨਹੀਂ ਜੀ, ਅਸੀਂ ਮਾੜਾ ਪਾਣੀ ਆ ਸਾਡਾ ਮੋਟਰਾਂ ਦਾ ਨਰਮੇ। ਚਲੋ ਕੈਪਟਨ ਸਰਕਾਰ ਵੇਲੇ ਵਧੀਆ ਹੁੰਦੇ ਆ ਜੀ, ਸਾਡਾ ਜ਼ਮੀਨ ਭੱਠਾ ਬਹਾਤਾ ਜੀ ਇਹਨਾਂ ਨੇ। ਮੇਰਾ ਪਿੰਡ ਰਾਏਪੁਰ, ਜਗਸੀਰ ਸਿੰਘ ਗਿੱਲ, ਥੋੜ੍ਹਾ ਜਿਹਾ ਛੋਟਾ ਰਾਈਟਰ ਜੀ ਮੈਂ। ਕਹਿਣ ਦਾ ਮਤਲਬ, ਮੇਰੇ ਪਿੰਡ 'ਚ ਚੋਰੀਆਂ ਹੋ ਰਹੀਆਂ ਜੀ, ਚਿੱਟਾ ਪੀ ਰਹੇ ਨੇ ਲੋਕ, ਜੇ ਵੀ ਚਿੱਟਾ ਪੀਂਦਾ ਉਹਨਾਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇ ਜੀ, ਫੜਿਆ ਜਾਵੇ ਉਹਨਾਂ ਨੂੰ। ਸਰ, ਇੱਕ ਜਿਹੜਾ ਰਾਮਾ ਰਿਫਾਇਨਰੀ ਹੈ ਆਪਣਾ ਖੁਸ਼ਬਾਜ ਭਾਜੀ ਦੇ ਏਰੀਏ 'ਚ ਪੈਂਦੀ ਹੈ, ਉਹਦੇ 'ਤੇ ਵੀ ਬਹੁਤ ਦਿੱਕਤਾਂ ਨੇ ਆਸ ਪਾਸ ਦੇ ਪਿੰਡਾਂ ਨੂੰ। ਜਿਹੜੀਆਂ ਸਾਡੇ ਥਰਮਲ ਪਾਣੀ ਜਿਵੇਂ ਇੱਥੇ ਨੇ, ਉਹੀ ਮੁਸ਼ਕਿਲ ਆਉਂਦੇ ਨੇ, ਉਹਨਾਂ ਦਾ ਬਾਰੇ ਨੇ ਧਿਆਨ 'ਚ ਲਿਆਉਂਦਾ ਰਹੇ ਸਰ। ਬਣਾਉਣੀ ਚਾਹੀਦੀ ਹੈ, ਪਰ ਓਵਰ ਏ ਫੇਸਡ ਪੀਰੀਅਡ। ਇੱਥੇ ਤਾਂ ਅਜੇ ਤਾਂ ਸਿਰਫ 3 ਲੱਗੇ ਹੈ। ਤੁਸੀਂ ਯਾਦ ਕਰੋ, ਕੈਪਟਨ ਸਾਹਿਬ ਅਤੇ ਅਸੀਂ ਆਏ ਸੀਗੇ ਵਿਕਰਮ ਜੀ, ਇੱਥੇ ਦਿਆਲਪੁਰੇ ਐਲਾਨ ਲੱਗੇ ਸੀ ਇੰਡੀਆ ਬੁੱਲ ਵਾਲੇ। ਇੱਕ ਉੱਥੇ ਲੱਗਣਾ ਸੀਗਾ ਜਿਹੜਾ ਕੈਪਟਨ ਸਾਹਿਬ ਨੇ ਆ ਕੇ ਇੱਥੇ ਰੁਕਿਆ। ਇੱਕ ਲੱਗਣਾ ਸੀਗਾ ਗਿੱਦੜਵੇ NTPC ਨੇ ਲਾਉਣਾ ਸੀਗਾ, ਉੱਥੇ 1100 ਏਕੜ ਉੱਥੇ ਕਾਬੂ ਇਹਨਾਂ ਨੇ ਕੀਤੀ ਸੀ, ਉੱਥੇ ਲੱਗੂਗਾ। ਉਹ ਵੀ ਜਦੋਂ ਰੌਲਾ ਪਿਆ ਕਾਂਗਰਸ ਪਾਰਟੀ ਨੇ ਕੈਪਟਨ ਸਾਹਿਬ ਨੇ, ਉਹਦੇ ਬਾਅਦ ਰੁਕੇ ਨਹੀਂ ਇੱਥੇ। ਬਿਜਲੀ ਸਾਡੇ ਤੋਂ ਮੇਰੇ ਖਿਆਲ 'ਚ ਆਪਾਂ ਨੂੰ ਪੰਜਾਬ ਛੱਡ ਕੇ ਜਾਣਾ ਪੈਣਾ ਸੀ। ਇਹਨਾਂ ਹਾਲਾਤਾਂ ਦੇ ਅੰਦਰ ਜੋ ਲੱਗੇ ਹੈ, ਜਿੱਥੇ ਮਹਿੰਗੀ ਬਿਜਲੀ ਦੇ ਕਰੰਟ ਪੰਜਾਬ ਦੇ ਲੋਕਾਂ ਨੂੰ ਦੇ ਰਹੇ ਹੈ, ਉੱਥੇ ਸੁਆਹ ਸਿੱਟ ਕੇ ਗੈਸ ਦੇ ਨਾਲ ਲੋਕਾਂ ਨੂੰ ਕੈਂਸਰ, ਦਮੇ ਦੀ ਬਿਮਾਰੀ, ਸਕਿਨ ਦੀ ਇਨਫੈਕਸ਼ਨ ਅਤੇ ਹਰੇਕ ਕਿਸਮ ਦੀ ਇੱਥੇ ਜਿਹੜੀ ਪ੍ਰੋਬਲਮਸ ਆ ਰਹੀਆਂ ਇਸ ਇਲਾਕੇ ਦੇ ਵਿੱਚ, ਅਤੇ ਪਸ਼ੂਆਂ ਨੂੰ ਜਿਹੜਾ ਰਾਖ ਡਿੱਗ ਰਹੀ ਹੈ ਨੀਰੀ, ਉਹਨਾਂ ਦੇ ਨਾਲ ਭੱਠੇ ਆ ਜੋ ਵੀ ਇੱਥੇ ਨੀਰਾ ਬੀਜਦੇ ਹੈ, ਉਹਦੇ ਉੱਤੇ ਸਾਰੇ ਦਾ ਸਾਰਾ ਫੂਡ ਚੇਨ ਹੈ ਉਹਦੇ ਨਾਲ ਪ੍ਰਭਾਵਿਤ ਹੈ। ਉਹ ਹੀ ਦੁੱਧ ਜਿਹੜੇ ਆ ਬਾਅਦ 'ਚ ਵੇਚਦੇ ਹੈ ਲੋਕ, ਘਰਾਂ 'ਚ ਪੀਂਦੇ ਹੈ। ਉਹ ਜਿਹੜਾ ਸਲਫਰ ਅਤੇ ਸਲਫਰ ਡਾਈਆਕਸਾਈਡ ਦੇ ਨਾਲ ਜਿਹੜੇ ਇਹਨਾਂ ਦੇ ਕੈਮੀਕਲਸ ਹੈ, ਉਹਦੇ ਨਾਲ ਸਾਡੇ ਪੂਰੇ ਪੰਜਾਬ ਦੀ ਜਿੱਥੇ ਸਿਹਤ ਨੂੰ ਲੋਕਾਂ ਦੀ ਸਿਹਤ, ਉੱਥੇ ਸਾਡੇ ਪੰਜਾਬ ਦੀ ਮਾਲੀ ਹਾਲਤ ਦੇ ਉੱਤੇ ਇੱਕ ਘੋੜ ਦੇ ਨੁਮਾ ਸੁਗਾਤ ਸੁਖਬੀਰ ਬਾਦਲ ਛੱਡ ਕੇ ਗਏ। ਆਹ ਮੈਂ ਕੈਪਟਨ ਸਾਹਿਬ ਨੂੰ ਜਾ ਕੇ ਦੱਸੂੰਗਾ। ਅਤੇ ਅੱਜ ਜਦੋਂ ਸਾਡੇ ਕੋਲ ਨੈਸ਼ਨਲ ਜਿਹੜਾ ਪੋਲਿਊਸ਼ਨ ਕੰਟਰੋਲ ਬੋਰਡ ਦਾ ਉੱਥੋਂ ਜਿਹੜਾ ਆਇਆ ਇਸ ਨੇ ਆ, ਉਹਦੇ ਤੌਰ 'ਤੇ ਇਹਨਾਂ ਦੇ ਉੱਤੇ ਹੁਣ ਇਹਨਾਂ 'ਤੇ ਨਕੇਲ ਕਸੀ ਜਾ ਸਕਦੀ ਹੈ। ਜਦੋਂ ਤਾਂ ਹੀ ਇੱਥੇ ਆਪਣੀ ਉਹ ਫਿਊਲ ਗੈਸ ਡੀਸਲਫਰਾਈਜੇਸ਼ਨ ਯੂਨਿਟਸ ਨਾ ਲਾਉਣ, 2 ਸਾਲ ਹੈ ਬੰਦ ਰਹਿਣ। ਉਸ ਬੰਦ ਰਹਿਣ ਦੇ ਵਿੱਚ ਜਿਹੜੇ ਇਹਨਾਂ ਨੂੰ 2300 ਕਰੋੜ ਰੁਪਇਆ ਸਾਲਾਨਾ ਦੇਣਾ ਪੈਂਦਾ ਸਾਨੂੰ, ਉਹ ਸਾਡੇ ਬਚਣਗੇ। ਕੋਇਲਾ ਜਿਹੜਾ ਜਿਹਦੇ ਉੱਤੇ ਕੋਇਲੇ ਦੀ ਖਰਚਾ ਜਿਹੜੇ ਉਹਦੇ ਉੱਤੇ ਵਾਸ਼ਿੰਗ ਦੇ ਚਾਰਜਿਸ 500 ਕਰੋੜ ਰੁਪਇਆ ਸਾਲਾਨਾ ਇਹਨਾਂ ਨੇ ਲੈਣੇ, ਉਹ ਬਚਣਗੇ। ਆਹ ਜਿਹੜਾ ਸਾਡੇ ਕੋਲ 4600 ਕਰੋੜ ਰੁਪਇਆ ਆਹ ਅਤੇ ਬਾਕੀ 1000 ਕਰੋੜ ਰੁਪਇਆ ਕੋਲ ਵਾਸ਼ਿੰਗ ਵਾਲਾ ਬਚੂਗਾ, ਉਹ ਪੈਸੇ ਪੰਜਾਬ ਦੀ ਡਿਵੈਲਪਮੈਂਟ, ਬੱਚਿਆਂ ਵਾਸਤੇ, ਪੜ੍ਹਾਈ ਵਾਸਤੇ, ਇੱਥੇ ਇਨਫਰਾਸਟ੍ਰਕਚਰ ਵਾਸਤੇ ਇਸਤੇਮਾਲ ਹੋਣ, ਅਤੇ ਸਸਤੀ ਬਿਜਲੀ ਅਸੀਂ ਬਾਹਰੋਂ ਖਰੀਦ ਕੇ ਨੈਸ਼ਨਲ ਗ੍ਰਿਡ ਤੋਂ ਲੈ ਕੇ ਸਾਰੇ ਪੰਜਾਬ ਨੂੰ ਦੇ ਸਕਦੇ ਹਾਂ, ਅਤੇ ਲੋਕਾਂ ਨੂੰ ਇਸ ਆਫਤ ਤੋਂ ਬਚਾ ਸਕਦੇ ਹਾਂ। ਆਹ ਮੇਰਾ ਇੱਕ ਏਜੰਡਾ ਜਿਹੜਾ ਮੈਂ ਲੈ ਕੇ ਕੈਪ ਸਾਹਿਬ ਕੋਲ ਜਾਊਂਗਾ। ਅਤੇ ਇੱਕ ਮੇਰੇ ਦਿਮਾਗ 'ਚ ਇਸ ਮਸਲੇ ਦੀ ਜਿਹੜੀ ਆ, ਸਾਰੇ ਸਾਥੀਆਂ ਨੇ ਗੱਲ ਕੀਤੀ ਹੈ ਵੀ ਇਹ ਖਾਤੇ ਪਾੜੀਏ ਇਹਨਾਂ ਦੇ, ਉਹਦੇ ਵਾਸਤੇ ਵੀ ਇੱਕ ਪ੍ਰਪੋਜ਼ਲ ਹੈ। ਮੈਂ ਉਹਨੂੰ ਫਾਈਨਲ ਟੱਚਿਸ ਦੇ ਕੇ ਇੱਕ ਦਿਨ CM ਸਾਹਿਬ ਨਾਲ ਬੈਠ ਕੇ ਵੀ ਉਹਦੇ ਨਾਲ
ਸਾਂਭ ਵੀ ਮਰਜੇ, ਲਾਠੀ ਵੀ ਨਾ ਟੁੱਟੇ, ਪੰਜਾਬ ਦਾ ਵੀ ਭਲਾ ਹੋਵੇ, ਪੰਜਾਬ ਦੇ ਵਿੱਚ ਜਿਹੜੇ ਇਨਵੈਸਟਮੈਂਟ ਵੀ ਮਾਹੌਲ ਬਣਿਆ ਰਹੇ ਉਹਨੂੰ ਸਾਰਿਆਂ ਨੂੰ ਦੇਖ ਕੇ ਉਹਦੇ ਉੱਤੇ ਸਮੇਂ ਨਾਲ ਮੈਂ ਆਪਣੀ ਗੱਲ ਦੱਸੂ। ਇੱਥੇ ਜਿਹੜਾ ਥਰਮਲ ਪਲਾਂਟ ਲੱਗਿਆ ਸਾਨੂੰ ਉਹਦੀਆਂ ਬਹੁਤ ਜਿਵੇਂ ਸਾਹ ਦੀ ਬਿਮਾਰੀ, ਕੈਂਸਰ, ਖਾਰਜ, ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਰਹੀਆਂ ਨੇ। ਬਾਕੀ ਜਿਹੜੀ ਰਾਖ ਉੱਡਦੀ ਹੈ ਉਹਦੇ ਲੋਕਾਂ ਦੀਆਂ ਫਸਲਾਂ ਖਰਾਬ ਹੋ ਗਈਆਂ, ਅਤੇ ਜਿਹੜੀ ਇਹਦੀ ਸਮੈਲ ਆਉਂਦੀ ਉਹਦੇ ਨਾਲ ਲੋਕਾਂ ਨੂੰ ਸਾਹ ਦੀਆਂ ਬਿਮਾਰੀਆਂ ਬਹੁਤ ਦਿੱਕਤ, ਮੰਨ ਲਓ ਬੰਦ ਕਮਰਿਆਂ ਦੇ ਵਿੱਚ ਵੀ ਇਹਦੀ ਸਮੈਲ ਆਉਂਦੀ ਹੈ। ਉਹਦੇ ਕਰਕੇ ਅੱਜ ਸੁਨੀਲ ਜਾਖੜ ਸਾਹਿਬ ਇੱਥੇ ਲੋਕਾਂ ਦੀ ਫਰਿਆਦ ਸੁਣਨ ਲਈ ਆਏ ਸੀਗੇ, ਅਤੇ ਹੁਣ ਉਹ ਜਾ ਕੇ ਆਪਣੇ ਜਿਹੜੀ ਪੂਰੀ ਰਿਪੋਰਟ ਹੈ ਕੈਪਟਨ ਸਾਹਿਬ ਨੂੰ ਦੇਣਗੇ, ਅਤੇ ਅੱਗੇ ਆਉਣ ਵਾਲਾ ਸਮਾਂ ਦੱਸੇਗਾ ਇਹਦੀ ਕੀ ਕਾਰਵਾਈ ਹੋਊ। ਤੁਹਾਨੂੰ ਕੀ ਲੱਗਦਾ ਵੀ ਕਾਰਵਾਈ ਹੋਊਗੀ? ਕੈਪਟਨ ਸਰਕਾਰ ਨੂੰ ਆਈ ਨੂੰ 3 ਸਾਲ ਹੋ ਗਏ, ਹਜੇ ਤੱਕ ਐਗਰੀਮੈਂਟ ਰੱਦ ਨਹੀਂ ਕੀਤੇ ਗਏ। ਜਿਹੜੇ ਹਿਸਾਬ ਨਾਲ ਜਾਖੜ ਸਾਹਿਬ ਨੇ ਅੱਜ ਦੱਸਿਆ ਕਿ ਉਹਨਾਂ ਕੋਲ ਪਹਿਲਾਂ ਕੋਈ ਜ਼ਰੀਆ ਨਹੀਂ ਸੀਗਾ ਵੀ ਇਸ 'ਤੇ ਕੋਈ ਐਕਸ਼ਨ ਲੈ ਸਕਣ, ਕਿਉਂਕਿ ਜਿਹੜੀ ਅੱਗੇ ਜਿਹੜੀ ਪਾਰਟੀ ਬਹੁਤ ਵੱਡੀ ਹੈ। ਹੁਣ ਉਹਨਾਂ ਨੇ ਜਿਵੇਂ ਪਿੱਛੋਂ ਕੋਈ ਨੋਟਿਸ ਆਇਆ ਗਾ, ਜਿਹੜਾ ਨੈਸ਼ਨਲ ਪੋਲਿਊਸ਼ਨ ਬੋਰਡ ਵੱਲੋਂ ਕੋਈ ਨੋਟਿਸ ਆਇਆ, ਉਸ ਨੂੰ ਆਧਾਰ ਬਣਾ ਕੇ ਜਿਹੜਾ ਕਾਰਵਾਈ ਕਰਨਗੇ, ਤਾਂ ਹੋ ਸਕਦਾ ਕੋਈ ਇਸ 'ਤੇ ਕਾਰਵਾਈ ਹੋ ਜਾਵੇ। ਆਵਾਜ਼ ਕੌਮ ਟੀਵੀ ਲਈ ਮਾਨਸਾ ਤੋਂ ਗੁਰਜੀਤ ਸਿੰਘ ਦੀ ਰਿਪੋਰਟ।